ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਜੀ ਚੰਨੀ ਬਣੇ ਜਦੋਂ ਉਹਨਾਂ ਦਾ ਬੇਟੇ ਦਾ ਵਿਆਹ ਹੋਇਆ ਬੜੀਆਂ ਧੁੰਮਾਂ ਪਈਆਂ ਬੜੇ ਸਾਦੇ ਢੰਗ ਦੇ ਨਾਲ ਵਿਆਹ ਕੀਤਾ ਗਿਆ ਉਹਨਾਂ ਨੇ ਆਪਣੇ ਬੇਟੇ ਦਾ ਵਿਆਹ ਕੀਤਾ ਸੀ ਤੇ ਸਾਡੇ ਹੁਣ ਦੇ ਮੌਜੂਦਾ ਸੀਐਮ ਸਾਹਿਬ ਅੱਜ ਉਹਨਾਂ ਦਾ ਵਿਆਹ ਇਹ ਮੇਲਾ ਅੱਜ ਉਹਨਾਂ ਦੇ ਵਿਆਹ ਦੇ ਨਾਲ ਵੀ ਜੁੜ ਗਿਆ ਉਹਨਾਂ ਦੀ ਖੁਸ਼ੀ ਨੂੰ ਹੋਰ ਵਧਾਉਣ ਦੀ ਖਾਤਰ ਵੀ ਮੇਲਾ ਲਾਇਆ ਗਿਆ ਜ਼ੋਰਦਾਰ ਤਾੜੀ ਮਾਰ ਦਿਓ ਸਲਾਹ ਪੇਸ਼ ਕਰਨ ਲੱਗੇ ਹਾਂ ਜਦੋਂ ਮੈਂ ਸਿੱਧਵਾਂ ਬੇਟ ਤੋਂ ਲੰਘਿਆ ਰੋਜੀ ਕਹਿੰਦੀ ਕੀ ਕਰਦਾ ਮੈਂ ਕਿਹਾ ਕਰਦਾ ਤਾਂ ਕੁਛ ਨਹੀਂ ਵੀ ਰੋਟੀ ਨਹੀਂ ਖਾਧੀ ਅੱਜ ਮੈਨੂੰ ਐਂ ਲੱਗਦਾ ਵੀ ਮੈਨੂੰ ਵਿਆਹ ਦਾ ਚਾਅ ਸੀ ਵੀ ਮੈਂ ਸੀਐਮ ਸਾਹਿਬ ਭਗਵੰਤ ਮਾਨ ਜੀ ਦੇ ਵਿਆਹ 'ਤੇ ਜਾਣਾ ਕਹਿੰਦੀ ਫਿਰ ਕੀ ਹੋ ਗਿਆ ਮੈਂ ਕਿਹਾ ਵੀ ਮੇਲੇ ਦਾ ਪ੍ਰੋਗਰਾਮ ਵੀ ਜ਼ਰੂਰੀ ਸੀਗਾ ਮੈਂ ਕਿਹਾ ਵੀ ਹੁਣ ਗੁੱਪ ਘਵਾਟ ਆਪਾਂ ਲਿਖ ਕੇ ਕੱਢਦੇ ਹਾਂ ਉਹ ਕਿਵੇਂ ਕਹਿਣਾ ਰੋਜੀ ਤੇਰੇ ਤੋਂ ਬਿਨਾਂ ਮੈਨੂੰ ਕਿਸੇ ਨੇ ਦੇਖਣਾ ਨਹੀਂ ਆ ਜਾ ਕੋਲਣ ਵਾਲਾ ਜਾ ਮੈਂ ਆ ਜਾ ਇਹ ਜਿਹੜੇ ਗੀਤ 'ਤੇ ਅੜਦੀ ਆ ਉਹ ਚੱਲਦਾ ਜ਼ਰੂਰ ਹੁੰਦਾ ਆ ਜਾ ਤਾੜੀ ਮਾਰ ਦਿਓ ਰੋਜੀ ਦੇ ਨਾਂ 'ਤੇ ਸ਼ਾਇਦ ਉੱਠ ਖੜੇ ਆ ਜਾ ਨੀ ਮੁੰਡਾ ਫਿਫਟੀ ਦੇ ਨੇੜੇ ਨੀ ਕੁੜੀ 30+ ਸਮਝ ਗਏ ਸਾਰੇ ਨੀ ਮੁੰਡਾ ਫਿਫਟੀ ਦੇ ਨੇੜੇ ਉਹ ਕੁੜੀ 30+ ਨੀ ਉਮਰਾਂ 'ਚ ਕੀ ਰੱਖਿਆ ਨੀ ਉਮਰਾਂ 'ਚ ਕੀ ਰੱਖਿਆ ਅੱਜ ਤਾਂ ਪੰਜਾਬ ਸਰਕਾਰ ਦਾ ਉਹ ਚਾ ਨਹੀਂ ਉਹ ਜਾਂਦਾ ਚੱਕਿਆ ਉਹ ਤਾੜੀ ਦਾ ਮਾਰ ਦੋ ਯਾਰ ਕਿਉਂਕਿ ਚਾ ਕਿਹੜੀ ਗੱਲ ਦਾ ਚੜਿਆ ਹੋਇਆ ਕਈ ਬੰਦੇ ਮਿਹਣਾ ਮਾਰਦੇ ਆ ਕਾਹਦੀ ਗੱਲ ਆ ਯਾਰ ਤੁਹਾਡੇ ਸੀਐਮ ਸਾਹਿਬ ਦਾ ਤਾਂ ਵਿਆਹ ਹੀ ਨਹੀਂ ਹੋਇਆ ਉਹ ਵੀ ਅੱਜ ਕੋਕਾ ਲਾਤਾ ਉਹ ਮੁੰਡਾ ਫਿਫਟੀ ਦੇ ਨੇੜੇ ਆ ਜਾ ਮੁੰਡਾ ਫਿਫਟੀ ਦੇ ਨੇੜੇ ਫਿਫਟੀ ਦੇ ਨੇੜੇ ਕੁੜੀ 30+ ਉਹ ਜਾਣੀ ਉਹ ਜਾਂਦਾ ਚੱਕਿਆ ਉਹ ਜਾਣੀ ਉਹ ਜਾਂਦਾ ਚੱਕਿਆ ਅੱਜ ਤਾਂ ਪੰਜਾਬ ਸਰਕਾਰ ਦਾ ਜਾਣੀ ਉਹ ਜਾਂਦਾ ਚੱਕਿਆ ਲਾਲੀ ਭਾਜੀ ਰੱਜੇ ਇੱਕ ਮਿਹਰਬਾਨੀ ਕਰਕੇ ਇੱਕ ਵਾਰ ਕਰ ਦੇ ਆ ਤਾੜੀ ਮਾਰਿਓ ਸ਼ਾਇਦ ਕਹਿ ਦੇਵੇ ਰਿਧਮ ਮੰਨ ਕੇ ਮੁੰਡਾ ਫਿਫਟੀ ਦੇ ਨੇੜੇ ਕੁੜੀ 30+ ਚੱਲ ਫਿਰ ਹੁਣ ਸਾਰਾ ਹੀ ਮੈਂ ਬੋਲ ਮੁੰਡਾ ਫਿਫਟੀ ਦੇ ਨੇੜੇ ਪੰਜਾਬ ਸਰਕਾਰ ਦਾ ਉਹ ਚਾਹ ਨਹੀਂ ਉਹ ਜਾਂਦਾ ਚੱਕਿਆ ਅੱਜ ਤਾਂ ਪੰਜਾਬ ਸਰਕਾਰ ਦਾ ਉਹ ਚਾਹ ਨਹੀਂ ਉਹ ਜਾਂਦਾ ਚੱਕਿਆ ਟਰੈਕਟਰ ਹੁਣ ਖਬਰਾਂ ਸੁਣਨ ਦੀ ਲੋੜ ਨਹੀਂ ਹੈ ਨੀ ਕੁੜੀ ਲੱਭੀ ਟਰੈਕਟਰ ਮੁੰਡੇ ਦਾ ਪਿਓ ਮਾਸਟਰ ਇਹ ਸਾਰਿਆਂ ਨੂੰ ਪਤਾ ਸੀਐਮ ਸਾਹਿਬ ਭਗਵੰਤ ਮਾਨ ਜੀ ਦੇ ਪਿਤਾ ਜੀ ਇੱਕ ਟੀਚਰ ਸੀ ਉਹਨਾਂ ਦੇ ਨਾਂ 'ਤੇ ਜ਼ੋਰਦਾਰ ਤਾੜੀ ਕੀ ਲਿਖਿਆ
ਕਟਰ ਮੁੰਡੇ ਦਾ ਪਿਓ ਮਾਸਟਰ ਕੁੜੀ ਲੱਭੀ ਡਾਕਟਰ ਮੁੰਡੇ ਦਾ ਪਿਓ ਮਾਸਟਰ ਐਡੀ ਛੇਤੀ ਕੰਮ ਕਰ ਦਿੱਤਾ ਫਿੱਟ ਐਡੀ ਛੇਤੀ ਕੰਮ ਕਰ ਦਿੱਤਾ ਫਿੱਟ ਸਾਡੇ ਪੀ ਐਮ ਭਗਵੰਤ ਮਾਨ ਨੇ ਝੂਨੇ ਵਿੱਚ ਲਾ ਦੀ ਅੱਜ ਹਿੱਟ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਝੂਨੇ ਵਿੱਚ ਲਾ ਦਿੱਤੀ ਖੇਡਾਂ ਕੁੜੀ ਲੱਗੀ ਡਾਕਟਰ ਮੁੰਡੇ ਦਾ ਪਿਓ ਮਾਸਟਰ ਕੁੜੀ ਲੱਗੀ ਡਾਕਟਰ ਮੁੰਡੇ ਦਾ ਪਿਓ ਮਾਸਟਰ ਕੰਮ ਇੰਨੀ ਛੇਤੀ ਕਰ ਦਿੱਤਾ ਫਿੱਟ ਕਈ ਤਾਂ ਹੁਣ ਤਾਂ ਤਾੜੀ ਮਾਰਦੇ ਵੀ ਸ਼ਾਇਦ ਸਾਡਾ ਵੀ ਨੰਬਰ ਲੱਗ ਜਾਵੇ। ਪਹਿਲਾਂ ਸੀ ਐਮ ਬਣਨਾ ਪਊਗਾ ਫਿਰ ਕੰਮ ਲੋਟ ਆਉਣਾ। ਕੰਮ ਚਾਰ ਕੁ ਮਹੀਨੇ ਅੱਜ ਫਿੱਟ ਕੀਤਾ ਚਾਰ ਕੁ ਮਹੀਨੇ ਅੱਜ ਫਿੱਟ ਸਾਡੇ ਮੁੱਖ ਮੰਤਰੀ ਪੰਜਾਬ ਨੇ ਝੂਨੇ ਵਿੱਚ ਲਾ ਦਿੱਤੀ ਫਿੱਟ ਸਾਡੇ ਮੁੱਖ ਮੰਤਰੀ ਪੰਜਾਬ ਨੇ ਝੂਨੇ ਵਿੱਚ ਲਾ ਦਿੱਤੀ ਫਿੱਟ ਸਾਡੇ ਮੁੱਖ ਮੰਤਰੀ ਪੰਜਾਬ ਨੇ ਝੂਨੇ ਵਿੱਚ ਲਾ ਦਿੱਤੀ ਹਿੱਟ ਨੰਗਾ ਹੋਈ ਜਾਂਦਾ। ਮੈਂ ਕਿਹਾ ਖਾਧੀ ਪੀਤੀ ਚ ਪਤਾ ਨਹੀਂ ਲੱਗਦਾ। ਅੱਜ ਮੇਰੇ ਯਾਰ ਕੀ ਸ਼ਾਦੀ ਹੈ ਮੁੰਡਾ ਫਿਫਟੀ ਦੇ ਨੇੜੇ ਕੁੜੀ ਮੁੰਡਾ ਫਿਫਟੀ ਦੇ ਨੇੜੇ ਕੁੜੀ ਥਰਟੀ ਪਲੱਸ ਦਸ ਉਮਰਾਂ ਚ ਕੀ ਰੱਖਿਆ ਦਸ ਉਮਰਾਂ ਚ ਕੀ ਰੱਖਿਆ ਅੱਜ ਤਾਂ ਪੰਜਾਬ ਸਰਕਾਰ ਦਾ ਚਾਰੀ ਹੋ ਜਾਂਦਾ ਚੱਕਿਆ ਅੱਜ ਤਾਂ ਪੰਜਾਬ ਸਰਕਾਰ ਦਾ ਹੋ ਚਾਰੀ ਹੋ ਜਾਂਦਾ ਚੱਕਿਆ ਅੱਜ ਤਾਂ ਪੰਜਾਬ ਸਰਕਾਰ ਦਾ ਚਾਰੀ ਹੋ ਜਾਂਦਾ ਚੱਕਿਆ ਅੱਜ ਤਾਂ ਪੰਜਾਬ ਸਰਕਾਰ ਦਾ ਸੀ ਐਮ ਸਾਹਿਬ ਭਗਵੰਤ ਮਾਨ ਜੀ ਨੂੰ ਔਰ ਲੜਕੀ ਪਰਿਵਾਰ ਨੂੰ ਪਰਮਾਤਮਾ ਨਵੀਂ ਉਮਰ ਬਖਸ਼ੇ ਤੰਦਰੁਸਤ ਰੋਸ਼ੀਆ ਬਖਸ਼ੇ ਜਿਉਂਦੇ ਵਸਤ ਰਹੋ ਜਿਉਂਦਾ ਦੀ ਉਮਰ ਕਿੱਦਾਂ ਪਾਣੀ ਪੀਏ ਨੀ ਮਚਾਜਾ ਪਿੱਟੀਏ ਕਿੱਦਾਂ ਪਾਣੀ ਪੀਏ ਪਿਓ ਦੇ ਪੁੱਤੋਂ ਮੈਂ ਤਾਂ ਨਹੀਂ ਕਿਹਾ ਆਹ ਜਿਹੜੀ ਬਾਅਦ 'ਚ ਗੱਲ ਕਹੀ ਆ ਤੁਸੀਂ ਆਪਣਾ ਖਿਆਲ ਕਰਕੇ ਜਾਓ ਸ਼ਾਮ ਨੂੰ ਜਾਣ ਲੱਗੇ ਤੁਹਾਡੀਆਂ ਘਰ ਵਾਲੀਆਂ ਨੇ ਪੁੱਛਣ ਵੀ ਸਾਨੂੰ ਵੀ ਗਾਲਾਂ ਕੱਢ ਦਾ ਜ਼ੋਰਦਾਰ ਤਾੜੀ ਵੀ ਸੀ ਐਮ ਸਾਹਿਬ ਦੇ ਨਾਂ 'ਤੇ ਕਿਵੇਂ ਲੱਗਿਆ ਵਿਆਹ ਦੇਖ ਗਿਆ ਦੇਖੋ ਕਿੰਨਾ ਫਾਇਦਾ ਹੋਇਆ ਨਾ ਉੱਥੇ ਜਾਣ ਦੀ ਲੋੜ ਪਈ ਅਤੇ ਜਦੋਂ ਟਾਈਮ ਮਿਲਿਆ ਸ਼ਗਨ ਬਾਅਦ 'ਚ ਪਾ ਦਿਓ ਸਲੋ ਬਹੁਤੇ ਗੱਲਾਂ ਨਾ ਕਰਦੇ ਹੋਏ